ਕਬੱਡੀ ਦੇ ਖੇਡ ਮੈਦਾਨ ਵਿੱਚ ਮੁਕਾਬਲਾ ਜੀ ਕੁਲਵਿੰਦਰ ਕੈਨੇਡਾ ਜੀ ਉਹਨਾਂ ਦੇ ਮਾਨ ਸਨਮਾਨ ਜਿਹੜੇ ਕੁਲਵਿੰਦਰ ਕੈਨੇਡਾ ਜੀ ਇਹਨਾਂ ਦੇ ਵੀ ਮਾਨ ਸਨਮਾਨ ਕੀਤੇ ਜਾ ਰਹੇ ਪ੍ਰਬੰਧ ਵੀਰਾਂ ਵੱਲੋਂ ਆਪਾਂ ਧੰਨਵਾਦ ਕਰਦੇ ਹਾਂ ਆ ਮੈਚ ਤੋਂ ਬਾਅਦ ਕਹਿੰਦੇ ਵੀ ਤਿੰਨ ਜਿਹੜੇ ਮੈਚ ਖੇਡੇ ਜਾਣੇ ਆ ਫਾਈਨਲ ਤੱਕ ਫਤਿਹਗੜ੍ਹ ਦੇ ਕਾਕੇ ਨੂੰ ਵੀਰ ਨੂੰ ਬੇਨਤੀ ਹੈ ਵੀ ਜੇਤੂ ਰੱਖ ਕੇ ਆਪਾਂ ਜੇ ਤਾਈਆਂ ਪਾਈਏ ਤਾਂ ਆਪਣਾ ਗਰਾਊਂਡ ਜਿਹੜਾ ਵਿਹਲਾ ਨਹੀਂ ਹੋਊਗਾ ਮੈਂ ਬੇਨਤੀ ਕਰ ਰਿਹਾ ਵੀਰਾਂ ਨੂੰ ਧਰਤੀ ਹੈ
ਜ਼ਿਲ੍ਹੇ ਮੋਗੇ ਦਾ ਬੜਾ ਪ੍ਰਸਿੱਧ ਪਿੰਡ ਹੈ। ਮੇਰੇ ਵੀਰੋ ਗੱਲ ਫਤਿਹਗੜ੍ਹ ਕੋਰੋ ਟਾਣੇ ਦੇ ਕਬੱਡੀ ਟੂਰਨਾਮੈਂਟ ਦੀ ਆਪਾਂ ਧੰਨਵਾਦ ਕਰਦੇ ਹਾਂ ਬਾਈ ਅਵਤਾਰ ਹੋਣੀ ਪੋਲੇ ਗਿੱਲ ਹੋਣੀ ਕਾਕਾ ਫਤਿਹਗੜ੍ਹ ਜੀ ਵੱਡੇ ਮਾਣ ਦਿੱਤੇ ਆ ਆਪਾਂ ਸਤਿਕਾਰ ਕਰਦੇ ਹਾਂ ਵੀਰਾਂ ਦੇ। ਇੱਧਰ ਕਹਿੰਦੇ ਲੱਖੀ ਤੂਤ ਪਿੰਡ ਦਾ ਕਬੱਡੀ ਪਾ ਰਿਹਾ ਚਾਰ ਜਾਫੀ ਤਿਆਰ ਹੈ ਲੰਡੇ ਕੇ ਵਾਲਾ ਤਗੜਾ ਹੋ ਨੌਜਵਾਨ ਭਾਈ ਵੀ ਕਬੱਡੀ ਤੇ ਗੱਲ ਕਿੱਦਾਂ ਦੀ ਹੋ ਰਹੀ ਹੈ ਛੋਟਾ ਗੋਲਡੀ ਜਾਂ ਫਿਰ ਲੰਡੇ ਕੇ ਵਾਲਾ ਨਿੱਕਾ। ਇੱਧਰ ਕਹਿੰਦੇ ਪੁਆਇੰਟ ਰੇਡਰ ਦਾ ਖੇਡ ਮੈਦਾਨ ਦੇ ਵਿੱਚ ਖੰਨਾ ਭਿੰਡਰਾਂ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਚੋਪੜਾ ਨੂੰ ਨਸ਼ਿਆਂ ਤੋਂ ਕਰਦੀ ਆ ਦੂਰ ਚਾੜਦੀ ਜਵਾਨੀ ਨੂੰ ਤੂੰ ਵੱਖਰਾ ਸਰੂਰ ਹੱਥ ਲਾ ਕੇ ਰੇਡਰ ਕੋਈ ਆਵੇ ਸ਼ੂਕਦਾ ਜਾਂ ਫਿਰ ਢੇਰੀਆਂ ਤੇ ਜਾ ਕੇ ਲੈਂਦੇ ਧਾ ਨੀ ਕਬੱਡੀਏ ਬੱਲੇ ਨੀ ਕਬੱਡੀਏ ਵਾਹ ਨੀ ਕਬੱਡੀਏ ਬੱਲੇ ਨੀ ਕਬੱਡੀਏ ਵਾਹ ਨੀ ਕਬੱਡੀਏ ਬੱਲੇ ਬੱਲੇ ਹੁੰਦੀ ਹੈ। ਬੁੱਟਰ ਤੇ ਮਾੜੀ ਮੁਸਤਬਾ ਦਾ ਅਗਲੇ ਰਾਊਂਡ ਦਾ ਪਹਿਲਾ ਮੈਚ ਖੇਡਿਆ ਜਾਣਾ ਹੈ। ਬੁੱਟਰ ਵਰਸੇ ਮਾੜੀ ਮੁਸਤਬਾ ਦਾ ਅਗਲੇ ਰਾਊਂਡ ਦਾ ਪਹਿਲਾ ਮੈਚ ਖੇਡਿਆ ਜਾਣਾ ਹੈ। ਇਹ ਟੀਮਾਂ ਚਲਦੇ ਮੈਚ ਦੇ ਵਿੱਚ ਗਰਾਊਂਡ ਜਾਣਗੀਆਂ। ਜੇਤੂ ਤੇ ਭਾਗਪੁਰ ਗੜੇ ਦਾ ਮੈਚ ਹੋਣਾ ਹੈ ਇਹ ਵੀ ਟੀਮਾਂ ਨੋਟ ਕਰ ਲੈਣ। ਬੁੱਟਰ ਤੇ ਮਾੜੀ ਮੁਸਤਬਾ ਦੀਆਂ ਟੀਮਾਂ ਅਗਲੇ ਮੈਚ ਦੀਆਂ ਜਲਦੀ ਨਾਲ ਖੇਡ ਦੇ ਮੈਦਾਨ ਦੇ ਵਿੱਚ ਪੁੱਜਣਗੀਆਂ। ਲੁਆਰੇ ਦੀ ਧਰਤੀ ਦਾ ਗੋਪੀ ਇਸ ਸਮੇਂ ਪਾਉਂਦਾ ਹੋਇਆ ਕਬੱਡੀ ਚਾਰ ਜਾਫੀ ਪਿੰਡਾਂ ਵਾਲੇ ਗੋਲਡੀ ਨੇ ਟਰਾਈ ਕੀਤੀ ਤੇ ਪੁਆਇੰਟ ਕਹਿੰਦੇ ਗੋਪੀ ਦਾ ਪੁਆਇੰਟ ਕਹਿੰਦੇ ਗੋਪੀ ਦਾ ਜੱਸੀ ਚੰਦ ਨਵਿਆਂ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ। ਇੱਧਰ ਕਹਿੰਦੇ ਚਾਰ ਜਾਫੀ ਵਰਿਆਂ ਵਾਲੇ ਤਿਆਰ ਹੈ ਲੱਪਈ ਹੋਈ ਕਬੱਡੀ ਤੇ ਗੱਲ ਕਿੱਦਾਂ ਦੀ ਆਉਣੀ ਹੈ ਕਿ ਖੇਡੀ ਦੀ ਸੀ ਕਦੇ ਕਬੱਡੀ ਕਲਰੀ ਰੋੜਾਂ ਤੇ ਭਰ ਜੋਗਨ ਮੁਟਿਆਰ ਹੋ ਗਈ ਉੱਚਿਆਂ ਜੋੜਾਂ ਤੇ। ਨਾਲ ਹੀ ਮੇਰੀ ਬੇਨਤੀ ਮਾੜੀ ਮੁਸਤਬਾ ਤੇ ਬੁੱਟਕਲਾਂ ਦੀ ਟੀਮ ਵੀ ਆਪਣੀ ਤਿਆਰੀ ਕਰਕੇ ਗਰਾਊਂਡ ਦੇ ਵੱਲ ਪੁੱਜੂ। ਪਹਿਲਾ ਜਿਹੜਾ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ ਜਿਵੇਂ ਸਾਡੀ ਕਮੇਟੀ ਨੇ ਆਪਣਾ ਫੈਸਲਾ ਕੀਤਾ ਟਾਈਆਂ ਕੱਢੀਆਂ। ਪਹਿਲਾ ਸੈਮੀਫਾਈਨਲ ਮੈਚ ਬੁੱਟਕਲਾਂ ਤੇ ਮਾੜੀ ਮੁਸਤਬਾ ਦੋਵੇਂ ਟੀਮਾਂ ਕਰ ਤਿਆਰੀ ਕਬੱਡੀ ਦੇ ਗਰਾਊਂਡ ਵੱਲ ਪੁੱਜੀਆਂ। ਜਿਹੜੀ ਟੀਮ ਇਸ ਮੈਚ ਵਿੱਚੋਂ ਜਿੱਤੂਗੀ ਉਹ ਭਾਗਪੁਰ ਗਗੜੇ ਦੀ ਟੀਮ ਦੇ ਨਾਲ ਖੇਡੂਗੀ। ਜਿਹੜੀ ਵੀ ਟੀਮ ਇਸ ਮੈਚ ਵਿੱਚੋਂ ਜਿੱਤੂਗੀ ਲਾ ਸਾਹਮਣੇ ਕਬੱਡੀ ਖੇਡ ਮੈਦਾਨ ਵਿੱਚ ਪੈਂਦੀ ਹੋਈ ਨੌਜਵਾਨ ਵਰਿਆਂ ਦੀ ਟੀਮ ਵਰਿਆਂ ਵਾਲੇ ਵੀ ਕਬੱਡੀ ਦਾ ਬਹੁਤ ਤਕੜਾ ਟੂਰਨਾਮੈਂਟ ਇਸ ਏਰੀਏ ਵਿੱਚ ਕਰਾਉਂਦੇ ਹੈ। ਇੱਧਰ ਕਹਿੰਦੇ ਨੌਜਵਾਨ ਗੱਭਰੂ ਸਾਹਮਣਾ ਭਿੰਡਰਾਂ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਆਪਾਂ ਧੰਨਵਾਦ ਕਰਦੇ ਹਾਂ ਬੂਟਾ ਉਬਰੀਆਂ ਜੀ ਸੁੱਖਾ ਕੰਡਿਆਲ ਜੀ ਪੰਜਾਬ ਦੇ ਟਾਪ ਦੇ ਬੁਲਾਰੇ ਹੈ ਮੇਰੀ ਜ਼ਿੰਦਗੀ ਦੇ ਬੜੇ ਆਦਰ ਦੇ ਯੋਗ ਵੀਰ ਹੈ। ਇੱਧਰ ਕਹਿੰਦੇ ਵਰਿਆਂ ਵਾਲੇ ਨੇ ਗੁੱਟ ਫੜਿਆ ਫਿਰ ਨੱਤੀ ਲੱਗਿਆ ਤੇ ਭਿੰਡਰਾਂ ਵਾਲਾ ਵੀ ਬੜਾ ਤੇਜ਼ ਹੈ ਬੜਾ ਸ਼ਾਰਪ ਹੈ ਕਹਿੰਦੇ ਪੁਆਇੰਟ ਇਸ ਸਮੇਂ ਰੇਡਰ ਦਾ ਪੁਆਇੰਟ ਇਸ ਸਮੇਂ ਰੇਡਰ ਦਾ ਜਿਹੜਾ ਤੀਰ ਨਿਸ਼ਾਨੇ ਖੁੰਝ ਜੇ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਪਹਿਲਾਂ ਕਰਦੇ ਵਾਰ ਬੁੱਟਰ ਤੇ ਮਾੜੀ ਮੋਟਰ ਦੀਆਂ ਟੀਮਾਂ ਅਗਲੇ ਮੈਚ ਦੀਆਂ ਜਲਦੀ ਖੜ ਜਾਣਗੀਆਂ। ਇਸ ਮੈਚ ਤੋਂ ਬਾਅਦ ਜਿਹੜੇ ਸਾਡੇ ਐਨ ਆਰ ਏ ਵੀਰਾਂ ਦੇ ਦਾਨੀ ਭਰਾਵਾਂ ਦੇ ਕੁਛ ਮਾਨ ਸਨਮਾਨ ਕੀਤੇ ਜਾਣੇ ਹੈ ਭਾਈ ਕਾਕਾ ਫਤਿਹਗੜ੍ਹ ਜੀ ਦੱਸ ਰਹੇ ਹੈ ਆਪਾਂ ਧੰਨਵਾਦ ਕਰਦੇ ਹਾਂ ਸਾਰੇ ਦਾਨੀ ਭਰਾਵਾਂ ਦੇ ਵੀ ਜਿਹੜੇ ਆਦਰ ਸਤਿਕਾਰ ਕੀਤੇ ਜਾ ਰਹੇ ਹੈ। ਇੱਧਰ ਕਹਿੰਦੇ ਭਿੰਡਾਂ ਵਾਲਾ ਖੰਨਾ ਕਬੱਡੀ ਪਾਉਂਦਾ ਹੋਇਆ ਰੇਸ਼ਮ ਸਿੰਘ ਦਾ ਪੁੱਤ ਇਸ ਸਮੇਂ ਕਬੱਡੀ ਪਾ ਰਿਹਾ ਤੇ ਚਾਰ ਜਾਫੀ ਕਹਿੰਦੇ ਵਰਿਆਂ ਵਾਲੇ ਤਿਆਰ ਹੈ ਖੇਡ ਮੈਦਾਨ ਦੇ ਵਿੱਚ ਇਹੀ ਕਬੱਡੀ ਹੈ ਕਿ ਬਾਪੂ ਕਹਿੰਦਾ ਖੇਡ ਪੁੱਤ ਸ਼ੇਰ ਬਣ ਕੇ ਦਿਖਾ ਦੇ ਉਹ ਚੋਟੀ ਦਾ ਪਲੇਅਰ ਬਣ ਕੇ ਰਿਸ਼ਤੇਦਾਰ ਯਾਰ ਬੋਲੀ ਮਾਣ ਕਰਦੇ ਗੁਣਾ ਬਿਨਾਂ ਕੋਈ ਨੀ ਕਿਸੇ ਨੂੰ ਜਾਣਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ। ਇੱਧਰ ਕਹਿੰਦੇ ਨੌਜਵਾਨ ਗੱਭਰੂ ਵਰਿਆਂ ਵਾਲਾ ਕਬੱਡੀ ਪਾ ਰਹੇ ਚਾਰ ਜਾਫੀ ਤਿਆਰ ਹੈ ਬੁੱਟਰ ਤੇ ਮਾੜੀ ਮੁਸਤਬਾ ਦੀਆਂ ਟੀਮਾਂ ਤਿਆਰ ਰਹਿਣਗੀਆਂ। ਇਸ ਮੈਚ ਤੋਂ ਬਾਅਦ ਜਿਹੜੇ ਕੁਛ ਮਾਨ ਸਨਮਾਨ ਕੀਤੇ ਜਾਣੇ ਹੈ ਇਸ ਮੈਚ ਤੋਂ ਬਾਅਦ ਜਿਹੜੇ ਕੁਛ ਮਾਨ ਸਨਮਾਨ ਕੀਤੇ ਜਾਣੇ ਹੈ ਇਹਨੂੰ ਕਹਿੰਦੇ ਗੋਲਡੀ ਆਖਦੇ ਹੈ ਇੱਕ ਵੱਡਾ ਤੇ ਆ ਛੋਟਾ ਗੋਲਡੀ ਇਸ ਲਾਜਾਫਾ ਪੁਆਇੰਟ ਦਾ ਵਾਧਾ ਕਰਦਾ ਹੋਇਆ ਕਿ ਭਿੰਡਰਾ ਪਿੰਡ ਦਾ ਬੰਤਾ ਵੀ ਰਿਕਾਰਡੀ ਪਾਉਂਦਾ ਸੀ ਮਾਣ ਸੀ ਬੜਾ ਜਵਾਨੀ ਦਾ ਨੱਤ ਆਪ ਫੜਾਉਂਦਾ ਸੀ ਬਿੱਲਾ ਤੇ ਸ਼ੀਰਾ ਵੀ ਰੇਡਰ ਫੈਸਟ ਕਹਾਏ ਨੇ ਗੁੱਟ ਫੜ ਜਾਫੀ ਕਹਿੰਦੇ ਨੇ ਵੀ ਬਹੁਤ ਕਮਾਏ ਨੇ ਲੰਗਿਆਣੀਆਂ ਜੋਧਾ ਲਿਖੇ ਨਿਚੋੜ ਕਬੱਡੀ ਦੇ ਏਣ ਮੁੰਨੇ ਹੀਰੇ ਬਾਬੇ ਬੋਰਡ ਕਬੱਡੀ ਦੇ ਬਾਬੇ ਬੋਰਡ ਕਬੱਡੀ ਦੇ ਅੱਜ ਕਹਿੰਦੇ ਬਣ ਕੇ ਪੁੱਤ ਖੇਡਦਾ ਭਿੰਡਰਾ ਦਾ ਨਿੰਮਾ ਭੁੱਟੀ ਪੁਰੇ ਵਾਲਾ ਦੇ ਸਿਰ ਮਾਰਦਾ ਵੀ ਪੁਆਇੰਟ ਇਸ ਸਮੇਂ ਰੇਡਰ ਦਾ ਹੈ ਪੁਆਇੰਟ ਇਸ ਸਮੇਂ ਰੇਡਰ ਦਾ ਹੈ ਚੱਲ ਵਰਿਆਂ ਵਾਲਾ ਨੌਜਵਾਨਾਂ ਵੱਧ ਅੱਗੇ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਕਿ ਪੀ ਕੇ ਦੁੱਧ ਤੋਂ ਮਲਾਈਆਂ ਜਿਹੜੇ ਚੱਟਦੇ ਖੇਡ ਖੇਡ ਕੇ ਕਬੱਡੀ ਵਾਧਾ ਖੱਟਦੇ ਸਾਡੀ ਕਾਮਦਾਨੀ ਦੇ ਸਰਮਾਇਆ ਪੰਜਾਬ ਦੀ ਨਿਸ਼ਾਨ ਮਿੱਤਰੋ ਇਹਨਾਂ ਹੀਰਿਆਂ ਤੇ ਰੰਗਲੇ ਪੰਜਾਬ ਨੂੰ ਸਦਾ ਹੀ ਰੋਮਾਨ ਮਿੱਤਰੋ ਇਹਨਾਂ ਹੀਰਿਆਂ ਤੇ ਰੰਗਲੇ ਪੰਜਾਬ ਨੂੰ ਸਦਾ ਹੀ ਰੋਮਾਨ ਮਿੱਤਰੋ ਅੱਜ ਕਹਿੰਦੇ ਰੰਗਲੇ ਪੰਜਾਬ ਦੀ ਰੰਗਲੀ ਧਰਤੀ ਹੈ
रंगले पंजाब दी रंगली खेड खेडी जा रही है। मेरे भीर पॉइंट इस समय खोसा वाला दसी किधर है पॉइंट रेडर का खन्ना भिंडा वाला इस समय कबड्डी पा रहे हैं। हीरे भिंडर की टीम वालों खेडा कनेडा के वक् वक् शहर के भाई कबड्डी से गल कि आनी है पहली रेड से गल कि आनी है। आप धन्यवाद करते हैं सारे स्वीकार जो वीर इधर कहने खन्ने भिंडर की पैसी कबड्डी बड़े वाले जाफी ने गुट फड़िया कैंची वजी हुई है कि यारो रेडर का गुट फड़ के हाथ में धान के उत्ते धर के कैंची लत्तां दे विच जड़ के टंगी लाउणी पैंदी है। दुनिया एवें नहीं मंदी खेड दिखाउणी पैंदी है दुनिया एवें नहीं मंदी खेड दिखाउणी पैंदी है। मिंटू साडा वीर बीले वाला आप उस वीर का भी सत्कार करते हैं। मिंटू बीला जी इधर कहते लोहारे का गोपी कबड्डी पा रहे हैं साडे दरम्यान साडा वड्डा वीर शबेग जलालाबाद जो खेड मेले के बताल खजानची है दर्शन उपल साडा वीर जलालाबादी सोना खेला कुकू संधू कुकू संधू साडा वीर भुपिंदर गिल जी इन्हों वीर का विशेष तौर पर धन्यवाद है। साडे क्लब प्रधान राणा समरा जी भी पहुंचे ने उन्होंने भी असं जी आया आखते हैं जी। इधर कहते रमना भिंडा वाला कबड्डी पाया चार जाफी वरिया वाले तैयार है। मेरे वीर पैसी रेडर से गल कि है देखना भी पैसी कबड्डी है पॉइंट कहते रेडर का पॉइंट इस समय रेडर का खेड मैदान के तगड़े का पानी सा दुनिया भरती माड़िया की होंगी कहने कन्नी उत्तर चलती कहती अंकार में मार जो दिया रब दिता रुतवा बधा माड़े का सुखा दी जान जिंदा लंघियाणिया एक बार लग जाए दा माड़े का तगड़े का पानी सा दुनिया भरती। इधर कहते चार जाफी तैयार है भिंडा भी धरती दे जेड़े पिंड कहते शीरे पिंडर वर्गे बल्ले पिंडर वर्गे रिंटू बिजे वर्गे जगे जोड़े उन्होंने टूटी खोली है कबड्डी की दुनिया के कहले तो बंते उन्होंने पिंड है कहते पिंडर आ कहते उस नगर का खिलाड़ी है कहले उन्होंने कबड्डी का वारस है गोल्डी पिंडर वाला ला जाफा अपनी टीम ने अंक का वाधा करता हो चंद नवे का जस्सी अगली कबड्डी पा रहे हैं। अज कहते हिम्मतपुरी गद्दू उन्होंने ने हिम्मतपुरी दीप उन्होंने पूछना सी पर कुछ कारण करके भी पुज नहीं सके। आप धन्यवाद करते हैं भाई काका फती उन्होंने निघे सदे बुलावे से टीम आई है। इधर कहते चंद्रमे वाला जस्सी कबड्डी पाया हुआ खेड मैदान चाहे गल कोतरी पिंड जिंदर की मेरी जिंदगी का बड़ा सत्कार जो वीर है फतेहगढ़ के काके ना कहते भरावान को भी वध प्यार है चाहे गल जलालाबाद के अवतार की चाहे गल पोले गिल उन्हों की इधर कहते चाहे गल कमल ढिलों की चाहे गल भागपुरी बिट्टू उन्हों की आज आफी कहते पिंडा वाला गोरा इस साल कहते पिंड की पंचायत का मैंबर भी है कंडियाल वाला गुट फड़िया होया फड़ी हुई बांह के बांह टुट के फड़ ली वे साडी उम्र न्याणी मैं सुनिया मेले चो विछड़ के कई रूहां दे हाणी विछड़ के कई रूहां दे हाणी मुकाबला हो चुके है ताड़ियां मार दो दर्शक वीरो मार दो ताड़ियां खेड मैदान दे विच गुट फड़िया होया जोर लग्या होया समा बीतदा जा रहा है पॉइंट जाफी का पॉइंट जाफी का कि बजन ताड़ियां जद भी जीती जफा लाउंदा है मार के थापी सुरखपुरी नंबर लिया घर घर गल कर दे बिट्टू दुगाल दिया विदेशों धुमा पे गुरलाल दिया अज भी लोग प्यार देंगे जो बनिया देर खेड कबड्डी खेडना शौक पंजाबी शेर का भी कबड्डी है खन्ना भिंडा वाला इस समय कबड्डी पाया हुआ बोलता आया भावा भाई भी रेड से गल कि आनी है कि नैट से भी बड़ा कबड्डी का क्रेज फेसबुक उत्ते तेरे चलते ने पेज किनू किन्ने लाइक कमेंट मिलते लोग अंदाजा लेंगे ला नहीं कबड्डी है बल्ले नी कबड्डी है वाह नी कबड्डी है बल्ले नी कबड्डी है वाह नी कबड्डी है। मेरी बेटी फोटोग्राफर वीर साडा उस स्टेज ते लागे आ जावे फोटोग्राफर वीर साडा उस स्टेज ते लागे आ जावे क्योंकि इस मैच तो बाद जिहड़े कुछ मान सम्मान किए जाने हैं इस मैच तो बाद जिहड़े मान सम्मान किए जाने हैं इधर कंडियाल वाले ने ग्राउंड में चक्कर लाए है इन्हू भी तुसीं मान प्यार बख्शने हैं। इधर पॉइंट रेडर का इधर कहंदे रमना भिंडा वाला पिछले साल कहंदे लोहारे ने कबड्डी कप का मोटरसाइकिल का जेतू है इस साल सच्चे पातशाह की मेहर है बुलट मोटरसाइकिल जाने हैं। साडे वीर दर्शन उपल जी जरा मेरा भी ट्रैक के चक्कर लाता है वो सौ रुपया बोला तो खुश माण देंगे ने ट्रैक के चक्कर लाए ने पंजा भैणा का कला कला वीर मेरे वीर इस मेले के ट्रैक ने चक्कर लाए या रोटी रोटी मेलिया में चलती है वक्त वाद का माण करो जी। इधर कहते वरिया वाला गभरू कबड्डी पा रहे हैं मैं भी घोटीपुरे वाला मैच सिरे दे हो गए है अगला मैच गुट तो माड़ी का खेडा जाना है जेतू ने गगड़े ना खेडना है इधर गोल्डी ने गुट फड़िया जोर लगे खेल
ਖੇਡ ਮੈਦਾਨ ਦੇ ਵਿੱਚ ਫੜਾਇਆ ਗੁੱਟ ਨਾ ਭਾਈ ਵੀ ਕਬੱਡੀ ਤੇ ਗੱਲ ਕਿਦਾਂ ਦੀ ਹੈ ਖੋਸੇ ਪੰਡ ਦਾ ਜੀਤਾ ਆਪਣੀ ਖੇਡੀ ਕਬੱਡੀ ਦੇ ਤਜਰਬੇ ਦੇ ਵਿੱਚ ਵਿਸਲ ਮਾਰੇਗਾ ਫੈਸਲਾ ਕੀ ਹੈ ਗੱਲ ਸਮੇਂ ਦੀ ਹੈ ਕਿ ਖੇਡ ਕੇ ਜੋ ਮੱਲਾ ਮਾਰਦੇ ਨੇ ਵੱਡੀਆਂ ਮੋਟਰਸਾਈਕਲ ਕਈਆਂ ਨੂੰ ਮਿਲਣ ਗੱਡੀਆਂ ਘਿਓ ਦੇ ਪੀਪੇ ਜਿੱਤ ਦੇ ਕੀ ਅਨਸੀੜੀਆਂ ਮੁੱਲ ਪੈਂਦਾ ਜੋ ਜਾਇ ਸਾਂਭੀ ਜਾਂਦਾ ਪੁੱਤ ਜਿੰਨੇ ਮਾਵਾਂ ਦੇ ਕਬੱਡੀ ਖੇਡਦੇ ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਇੱਧਰ ਲਕਸ਼ਮਣ ਧਲਕਣਾ ਵਾਲਾ ਆਪਣੇ ਸਮੇਂ ਦਾ ਕਬੱਡੀ ਦਾ ਸੁਪਰਸਟਾਰ ਰਿਹਾ ਧੀਆਂ ਸੈਕੜਾਂ ਦੀਆਂ ਜ਼ਿੰਮੇਵਾਰੀਆਂ ਲਕਸ਼ਮਣ ਬਰਾੜ ਜੀ ਕਨੇਡਾ ਉਹਨਾਂ ਦੇ ਜਿਹੜੇ ਮਾਨ ਸਨਮਾਨ ਹੈ ਉਹ ਵੀਰ ਸਟੇਜ ਦੇ ਲਾਗੇ ਆ ਜਾਣ ਲਕਸ਼ਮਣ ਬਰਾੜ ਜੀ ਕਨੇਡਾ ਇੱਧਰ ਕਹਿੰਦੇ ਜੱਸੀ ਚੰਦ ਨਵਿਆਂ ਦੀ ਧਰਤੀ ਦਾ ਇਸ ਸਮੇਂ ਕਬੱਡੀ ਪਾ ਰਿਹਾ ਬਾਗੇ ਪੁਰਾਣੇ ਦੇ ਏਰੀਏ ਦਾ ਜ਼ਿਲ੍ਹੇ ਮੋਗੇ ਦਾ ਖਿਡਾਰੀ ਹੈ ਇਸ ਸਮੇਂ ਭਾਈ ਵੀ ਕਬੱਡੀ ਤੇ ਪੁਆਇੰਟ ਕਹਿੰਦੇ ਪਿੰਡਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਪਿੰਡਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਭਾਈ ਵੀ ਕਬੱਡੀ ਗੱਲ ਕਿੱਦਾਂ ਦੀ ਹੈ ਗੱਲ ਕਿੱਦਾਂ ਦੀ ਹੈ ਮੈਂ ਦੇਖਣਾ ਵੀ ਭਾਈ ਵੀ ਕਬੱਡੀ ਤੇ ਮੈਂ ਦੇਖਣਾ ਵੀ ਗੱਲ ਕਿੱਦਾਂ ਦੀ ਆਉਣੀ ਹੈ ਕਿ ਖੇਡੀ ਨਹੀਂ ਸੀ ਕਦੇ ਕਬੱਡੀ ਕਲਰੀ ਰੋੜਾਂ ਤੇ ਭਾਜੋ ਬਨ ਮੋਟਿਆਰ ਹੋ ਗਈ ਉੱਚੀਆਂ ਜੋੜਾਂ ਤੇ ਜਿੱਤਾ ਇਸ ਨੂੰ ਥਾਪੜਾ ਸਮੇਂ ਦੀਆਂ ਸਰਕਾਰਾਂ ਨੇ ਲੰਘੀਆਂ ਵਾਲੀਆਂ ਟੀਵੀ ਚੈਨਲਾਂ ਤੇ ਅਖਬਾਰਾਂ ਨੇ ਵਰਲਡ ਕੱਪ ਨਾਲ ਹੋਏ ਜਦੋਂ ਕਲੋਲ ਕਬੱਡੀ ਦੇ ਹੁਣ ਦੁਨੀਆਂ ਦੇ ਵਿੱਚ ਵੱਜ ਗਏ ਜੋ ਜਾਂ ਢੋਲ ਕਬੱਡੀ ਦੇ ਆ ਕਹਿੰਦੇ ਗੋਲਡੀ ਦਾ ਚੌਥਾ ਜਫਾ ਹੈ ਮੇਰੇ ਵੀਰੋ ਪੁਆਇੰਟ ਕਹਿੰਦੇ ਗੋਲਡੀ ਪਿੰਡਾਂ ਵਾਲਾ ਛੋਟਾ ਗੋਲਡੀ ਇਸ ਸਮੇਂ ਨਾ ਜਫਾ ਆਪਣੀ ਟੀਮ ਦੀ ਸਥਿਤੀ ਜਿਹੜੀ ਮਜ਼ਬੂਤ ਕਰਦਾ ਹੋਇਆ ਖੰਨਾ ਪਿੰਡਾਂ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਵੱਡਾ ਤਜਰਬਾ ਖੇਡ ਕਬੱਡੀ ਦਾ ਮੌਸਮ ਵੀ ਬੜਾ ਵਧੀਆ ਜਿਹੜਾ ਮੇਰੇ ਵੀਰੋ ਅੱਜ ਦਾ ਫਤਿਹਗੜ੍ਹ ਕੋਰੋਟਾਣੀ ਦਾ ਕਬੱਡੀ ਦਾ ਟੂਰਨਾਮੈਂਟ ਮੈਚ ਜਿਹੜੇ ਸੈਮੀ ਬਣ ਗਿਆ ਕੰਜਾਲ ਵਾਲਿਆ ਅਗਲਾ ਮੈਚ ਕਹਿੰਦੇ ਬੁੱਟ ਤੇ ਮਾੜੀ ਦਾ ਖੇਡਿਆ ਜਾਣਾ ਕੁਛ ਮਾਣ ਸਨਮਾਨ ਵੀ ਕੀਤੇ ਜਾਣੇ ਹੈ ਬੂਟਾਵਰੀਆਣੇ ਦਾ ਸੁੱਖਾ ਕੰਡਿਆਲ ਦਾ ਬੀਰੀ ਦਾਤੇ ਵਾਲਾ ਇੱਧਰ ਗੁਰਮੁਖ ਸੋਢੀ ਵਾਲੇ ਦਾ ਨਾਲ ਲਕਸ਼ਮਣ ਧੰਨਾ ਵਾਲਾ ਸੇਬੀ ਦਾਤੇ ਵਾਲਾ ਨਿੰਮਾ ਭੋਟੀਪੁਰੇ ਦਾ ਜੀਤਾ ਖੋਸੇ ਪਾਂਡੇ ਦਾ ਦੁੱਖੀ ਪਿੰਡਾਂ ਵਾਲਾ ਆਪਾਂ ਸਾਰੇ ਵੀਰਾਂ ਦਾ ਸਤਿਕਾਰ ਕਰਦੇ ਹਾਂ ਇੱਧਰ ਕਹਿੰਦੇ ਨੌਜਵਾਨ ਗੱਭਰੂ ਵਰਿਆਂ ਵਾਲਾ ਕਬੱਡੀ ਪਾ ਰਿਹਾ ਚਾਰ ਜਾਫੀ ਤਿਆਰ ਹੈ ਮੱਖਣ ਚਿੜਕ ਤੇ ਵੀਰੂ ਸੇ ਵੀ ਘੋਲੀਏ ਵਾਲਾ ਗੇਲਾ ਅੰਗਰੇਜ਼ ਜਿਹੜਾ ਚਾਹੇ ਜਗਤਾਰ ਘਨੌਲਾ ਲੁੱਟ ਲੈਂਦੇ ਸੀ ਮੇਲਾ ਸਵਰਨੇ ਵਾਂਗੂ ਗੁੱਟ ਫੜ ਫੜ ਕੇ ਔਖੇ ਇੱਧਰ ਥੰਮਣੇ ਗਾਜੀਆਂ ਦੇ ਕਾਲੇ ਵਰਗੇ ਮੁੜ ਮੁੜ ਕੇ ਨਹੀਂ ਜੰਮਣੇ ਹਰਜੀਤ ਬਰਾੜਾ ਤੇਰੇ ਕਾਟੇ ਹਲੇ ਸਤਾਉਂਦੇ ਨੇ ਕਈ ਰੇਡਾਂ ਪਾਉਂਦੇ ਨੇ ਕਈ ਜੱਫੇ ਲਾਉਂਦੇ ਨੇ ਕਈ ਰੇਡਾਂ ਪਾਉਂਦੇ ਨੇ ਕਈ ਜੱਫੇ ਲਾਉਂਦੇ ਨੇ ਪੁਆਇੰਟ ਜਾਫੀ ਦਾ ਪੁਆਇੰਟ ਭਿੰਡਾਂ ਦਾ ਪੁਆਇੰਟ ਇਸ ਸਮੇਂ ਗੋਰੇ ਦਾ ਖੇਡ ਮੈਦਾਨ ਦੇ ਵਿੱਚ 7 ਤੇ 38 ਕੋਕਰੀ ਫੁੱਲਾ ਸਿੰਘ ਦੀ ਮੇਰੇ ਵੀਰੋ 15 16 ਤੇ 17 ਤੇ 18 ਮਾਰਚ ਲੁਆਰੇ ਦੀ ਹੈ 24 25 ਤੇ 26 ਮਾਰਚ ਦੇ ਸੱਦੇ ਜਲਾਲਾਬਾਦ ਦੇ 28 29 ਤੇ 30 ਮਾਰਚ ਕਹਿੰਦੇ ਕਪੂਰਿਆਂ ਦੇ ਕਬੱਡੀ ਕੱਪ ਦੀ ਹੈ ਇੱਧਰ ਨਵਣਾ ਭਿੰਡਾਂ ਵਾਲਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਭਾਈ ਵੀ ਕਬੱਡੀ ਹੈ ਕਿਹਨੇ ਲਾਜਫਾ ਬੱਲੇ ਬੱਲੇ ਕਰਵਾਉਣੀ ਹੈ ਗੱਲ ਸਮੇਂ ਦੀ ਹੋਣੀ ਹੈ ਭਾਈ ਵੀ ਰੇਡ ਦੇ ਉੱਤੇ ਗੱਲ ਕਿੱਦਾਂ ਦੀ ਹੈ ਗੱਲ ਕਿੱਦਾਂ ਦੀ ਹੈ ਤਾਂ ਦੇਖਣਾ ਵੀ ਭਾਈ ਵੀ ਕਬੱਡੀ ਹੈ ਤੇ ਪੁਆਇੰਟ ਇਸ ਸਮੇਂ ਰੇਡਰ ਦਾ ਕਿ ਬਿਜੀ ਲਾਈਫ ਵਿੱਚੋਂ ਮਸਾਂ ਟਾਈਮ ਕੱਢ ਕੇ ਦਰਸ਼ਕ ਆਉਂਦੇ ਕੰਮ ਕਾਰ ਛੱਡ ਕੇ ਜਦੋਂ ਕੋਈ ਲਾ ਦੇਵੇ ਜੱਫਾ ਚੋਟੀ ਦਾ ਤਾੜੀਆਂ ਦੀ ਗੂੰਜ ਦਿੰਦੇ ਭਾ ਨੀ ਕਬੱਡੀਏ ਬੱਲੇ ਨੀ ਕਬੱਡੀਏ ਵਾਹ ਨੀ ਕਬੱਡੀਏ ਬੱਲੇ ਨੀ ਕਬੱਡੀਏ ਵਾਹ ਨੀ ਕਬੱਡੀਏ ਇਸ ਸਮੇਂ ਕਹਿੰਦੇ ਭਾਈ ਵੀ ਰੇਡ ਦੇ ਉੱਤੇ ਗੱਲ ਕਿਹਦੀ ਹੈ ਲਾਲ ਜੀ ਅੱਜ ਉਧਰ ਕਬੱਡੀ ਦੇ ਮੈਚਾਂ ਦਾ ਆਨੰਦ ਮਾਣ ਰਿਹਾ ਸਾਡਾ ਵੀ ਰਮੈਂਟੋ ਸਬੀਲੇ ਵਾਲਾ ਔਰ ਨਾਲ ਹੀ ਸਾਡੇ ਪਿੰਡ ਦੇ ਕਬੱਡੀ ਖਿਡਾਰੀ ਕਹਿੰਦੇ ਨੇ ਵੀ ਦਰਸ਼ਨ ਸਿੰਘ ਜੀ ਹਾਂਗਕਾਂਗ ਬੂਰਾ ਸਾਡਾ ਵੀਰ ਲਕਸ਼ਮਣ ਸਿੰਘ ਜੀ ਲਾਸ਼ੀ ਦੋਰਾ ਸਿੰਘ ਜੀ ਘੁੰਗੂ ਅਜਮੇਰ ਸਿੰਘ ਜੀ ਜੇਰੀ ਬਲਵੀਰ ਸਿੰਘ ਦਾਦਰੀਆ ਜਿਨ੍ਹਾਂ ਨੇ ਫਤਿਹਗੜ੍ਹ ਦੇ ਲਈ ਬੜੀ ਤਕੜੀ ਕਬੱਡੀ ਖੇਡੀ ਪੁਰਾਣੇ ਖਿਡਾਰੀ ਇਹਨਾਂ ਦਾ ਧੰਨਵਾਦ ਹੈ ਜੀ 12 ਪੁਆਇੰਟ ਜਿਹੜੇ ਵਰਿਆਂ ਦੇ ਹੈ ਸਾਡੇ 25 ਪੁਆਇੰਟ ਪਿੰਡਾਂ ਦੇ ਹੈ ਪਿੰਡਾਂ ਦੀ ਟੀਮ ਜਿਹੜੀ ਵਿਨਰ ਰਹੀ ਇਸ ਮੈਚ ਦੇ ਵਿੱਚੋਂ ਭਾਗਪੁਰ ਗਗੜਾ ਤੇ ਪਿੰਡਾਂ ਦਾ ਮੈਚ ਹੋਵੇਗਾ ਸੈਮੀ ਤੇ ਮਾੜੀ ਤੇ ਬੁੱਟਰ ਦਾ ਸੈਮੀ ਮੈਚ ਹੋਣਾ ਨਾਲ ਹੀ ਮੇਰੇ ਵੀਰੋ ਜਿਹੜੇ ਉਹਦੇ ਖਿਡਾਰੀ ਪੁਰਾਣੇ ਖਿਡਾਰੀਆਂ ਦੇ ਨਾਮ ਲਏ ਨੇ ਇਹਨਾਂ ਖਿਡਾਰੀਆਂ ਨੂੰ ਸਾਡੀ ਇਸ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜੇ ਮਾਨ ਸਨਮਾਨ ਦਿੱਤੇ ਜਾਣੇ ਨੇ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਕਬੱਡੀ ਖੇਡੀ ਹੈ ਦਰਸ਼ਨ ਸਿੰਘ ਜੀ ਹਾਂਗਕਾਂਗ ਵਾਲਾ ਬੂਰਾ ਨਾਂ ਦੇ ਨਾਲ ਮਸ਼ਹੂਰ ਮੇਰੇ ਵੀਰੋ ਬਹੁਤ ਸੋਹਣੀ ਕਬੱਡੀ ਖੇਡੀ ਬਲਵਾਰਾ ਸਿੰਘ ਜੀ ਹਾਲੈਂਡ ਤੇ ਕੁਲਵੰਤ ਸਿੰਘ ਜੀ ਭੁੱਲਰ ਗੁੱਗੂ ਪਿੰਡਰ ਆਪਣੀ ਗੱਡੀ ਕੋਲ ਚਲੋਗਾ ਵੀ ਗੁੱਗੂ ਪਿੰਡਰ ਕੁਲਵੰਤ ਸਿੰਘ ਜੀ ਭੁੱਲਰ ਬਲਵਾਰਾ ਸਿੰਘ ਜੀ ਹਾਲੈਂਡ ਵਾਲੇ ਉਹਨਾਂ ਦਾ ਮਾਣ ਸਨਮਾਨ ਹੋਣ ਜਾ ਰਿਹਾ ਨਾਲ ਹੀ ਸੰਧੂ ਟੈਂਟ ਹਾਊਸ ਫਤਿਹਗੜ੍ਹ ਕੋਰੋਟਾਣਾ ਵਾਲੇ ਸਮੁੱਚੇ ਜਿਹੜੇ ਮੇਰੇ ਵੀਰ ਹੈ ਡਿਊਟੀ ਨਿਭਾ ਰਹੇ ਨੇ ਵੇਟਰ ਵੀਰ ਇਹਨਾਂ ਦਾ ਵੀ ਧੰਨਵਾਦ ਹੈ ਜੀ ਨਾਲ ਹੀ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਦਰਬਾਰਾ ਸਿੰਘ ਜੀ ਹਾਲੈਂਡ
ਹਰ ਕਲਵੰਤ ਸਿੰਘ ਜੀ ਭੁੱਲਰ ਸਾਹਿਬ ਇਹਨਾਂ ਵੀਰਾਂ ਦਾ ਵਿਸ਼ੇਸ਼ ਮਾਨ ਸਨਮਾਨ ਹੋ ਰਿਹਾ ਹੈ। ਮਾੜੀ ਮੁਸਤਬਾ ਤੇ ਨਾਲ ਹੀ ਮੋਟਰਕਲਾ ਦੋਵੇਂ ਟੀਮਾਂ ਜਲਦ ਗਰਾਊਂਡ ਤੇ ਪਹੁੰਚਣ। ਗੁਰਜੀਤ ਸਿੰਘ ਦੀ ਗਿੱਲ ਯੂਐਸਏ ਵਾਲਿਓ ਵੀ ਆਪਣਾ ਮਾਣ ਪ੍ਰਾਪਤ ਕਰ ਲੈਣ। ਗੁਰਜੀਤ ਸਿੰਘ ਦੀ ਗਿੱਲ ਯੂਐਸਏ ਨਾਲ ਹੀ ਸਾਡੇ ਪੁਰਾਣੇ ਖਿਡਾਰੀ ਜਿਨ੍ਹਾਂ ਨੇ ਇਸ ਪਿੰਡ ਦਾ ਨਾਂ ਚਮਕਾਇਆ ਬੂੜਾ ਹਾਂਗਕਾਂਗ ਵਾਲਾ ਇਹ ਵੀ ਆਪਣਾ ਮਾਣ ਸਨਮਾਨ ਲੈ ਲਵੋ। ਲਕਸ਼ਮਣ ਸਿੰਘ ਦੀ ਲਾਸ਼ੀ ਘੁੰਗਰੂ ਸਾਡਾ ਵੀਰ ਜੋੜਾ ਸਿੰਘ ਘੁੰਗਰੂ ਅਜਮੇਰ ਸਿੰਘ ਜੇਰੀ ਬਲਵੀਰ ਸਿੰਘ ਦਾਦਰੀਆ ਇਹ ਪਿੰਡ ਦੇ ਖਿਡਾਰੀ ਨੇ ਗੁਰਜੀਤ ਸਿੰਘ ਦੀ ਯੂਐਸਏ ਵਾਲੇ ਉਹਨਾਂ ਦਾ ਮੇਰੇ ਵੀਰੋ ਮਾਣ ਸਨਮਾਨ ਪ੍ਰਬੰਧ ਕਲੱਬ ਵੱਲੋਂ ਕੀਤਾ ਜਾ ਰਿਹਾ ਹੈ। ਗੁਰਜੀਤ ਸਿੰਘ ਯੂਐਸਏ ਉਧਰਲੇ ਬੰਨੇ ਮਾਣ ਸਨਮਾਨ ਨਾਲ ਹੀ ਮਾੜੀ ਮੁਸਤਬਾ ਦੇ ਮੋਟਰ ਕਲਾ ਦੋਵੇਂ ਟੀਮਾਂ ਜਲਦ ਕਬੱਡੀ ਦੇ ਖੇਡ ਮੈਦਾਨ ਵਿੱਚ ਪੁੱਜੀਆਂ। ਨਾਲ ਦੀ ਦਰਸ਼ਨ ਸਿੰਘ ਜੀ ਬੂਰਾ ਹਾਂਗਕਾਂਗ ਵਾਲਾ ਮੇਰੇ ਵੀਰੋ ਕਬੱਡੀ ਦਾ ਪੁਰਾਣਾ ਖਿਡਾਰੀ ਜਿਹਨੇ ਫਤਿਹਗੜ੍ਹ ਦਾ ਬੜਾ ਨਾਂ ਚਮਕਾਇਆ ਹੈ। ਦਰਸ਼ਨ ਸਿੰਘ ਜੀ ਬੂਰਾ 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 ਹੁੰਦੀ ਸੀ ਮੇਰੇ ਵੀਰੋ ਮਾਖੇੜ ਕਬੱਡੀ ਦੇ ਵਿੱਚ ਕਿਤੇ ਕਹਿੰਦੇ ਨੇ ਵੀ ਲਾਸ਼ੀ ਨੂੰ ਵੀ ਦੁਨੀਆ ਜਾਣਦੀ ਸੀ। ਲਕਸ਼ਮਣ ਸਿੰਘ ਲਾਸ਼ੀ ਜੋੜਾ ਸਿੰਘ ਘੁੰਗਰੂ ਮੇਰੇ ਵੀਰੋ ਕਬੱਡੀ ਖਿਡਾਰੀ ਫਤਿਹਗੜ੍ਹ ਦੀ ਧਰਤੀ ਦੇ ਅਜਮੇਰ ਸਿੰਘ ਜੇੜੀ ਬਲਵੀਰ ਸਿੰਘ ਦਾਦਰੀਆ ਇਹ ਵੀ ਮੇਰੇ ਵੀਰੋ ਆਪਣਾ ਸਨਮਾਨ ਚਿੰਨ ਜਿਹੜਾ ਲੈ ਲੈਣ। ਇਹ ਬੇਨਤੀ ਹੈ ਸਾਡੀ ਪ੍ਰਬੰਧਕ ਕਲੱਬ ਵੱਲੋਂ। ਧੰਨਵਾਦ ਗੁਰਜੀਤ ਸਿੰਘ ਜੀ ਯੂਐਸਏ ਵਾਲੇ ਕੁਲਵੰਤ ਸਿੰਘ ਜੀ ਭੁੱਲਰ ਸਾਹਿਬ ਨਾਲ ਹੀ ਦਲਬਾਰਾ ਸਿੰਘ ਜੀ ਹਾਲੈਂਡ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੇਰੇ ਵੀਰੋ। ਬਹੁਤ ਬਹੁਤ ਮਿਹਰਬਾਨੀ ਇਹਨਾਂ ਮੇਰੇ ਵੀਰਾਂ ਦੀ। ਜਲਦੀ ਨਾਲ ਬੁੱਟਰਾਂ ਦੀ ਟੀਮ ਜਿਹੜੀ ਗਰਾਊਂਡ ਦੇ ਜਾਵੇ ਬੁੱਟਰ। ਉਧਰਲੇ ਬੰਨੇ ਸਾਡੇ ਪ੍ਰਵਾਸੀ ਵੀਰਾਂ ਦੇ ਮਾਣ ਸਨਮਾਨ ਹੋ ਰਹੇ ਹੈ। ਮਾੜੀ ਮੁਸਤਬਾ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪੁੱਜ ਗਈ ਹੈ। ਥੰਮਣ ਦੇ ਕਬੱਡੀ ਟੂਰਨਾਮੈਂਟ ਦੇ ਵੀ ਇਸ ਟੀਮ ਨੇ ਵੱਖਰੀ ਗੱਲ ਕੀਤੀ ਹੈ। ਬੇਨਤੀ ਕਰ ਰਹੇ ਹਾਂ ਵੀ ਜਲਦੀ ਨਾਲ ਬੁੱਟਰ ਕਲਾਂ ਦੀ ਟੀਮ, ਉਸ ਤੋਂ ਬਾਅਦ ਭਿੰਡਰ ਕਲਾਂ ਤੇ ਭਾਗਪੁਰ ਗਗੜਾ ਇਹ ਦੂਜਾ ਜਿਹੜਾ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ। ਇੱਕ ਸਾਡੇ ਕੋਲੇ ਮੋਟਰਸਾਈਕਲ ਦੀ ਚਾਬੀ ਗੁੰਮ ਹੋਈ ਹੈ, ਆਪਣੀਆਂ ਜੇਬਾਂ 'ਚ ਮੇਰੇ ਵੀਰ ਹੱਥ ਮਾਰ ਲੈਣ ਤੇ ਆਪਣੀ ਜਿਹੜੀ ਚਾਬੀ ਦੀ ਨਿਸ਼ਾਨੀ ਦੱਸ ਕੇ ਸਾਡੇ ਤੋਂ ਪ੍ਰਾਪਤ ਕਰ ਸਕਦੇ ਹੋ। ਨਾਲ ਹੀ ਅਮਨ ਭੁੱਲਰ ਸਾਡਾ ਵੀਰ ਕਨੇਡਾ ਮੇਰੇ ਵੀਰ 500 ਰੁਪਇਆ ਜਿਹੜੇ ਮੇਰੇ ਵੀਰ ਨੇ ਟਰੈਕ ਦੇ ਗੇੜੇ ਲਾਏ ਨੇ ਉਸ ਵੀਰ ਦੇ ਲਈ ਅਮਨ ਭੁੱਲਰ ਕਨੇਡਾ 500 ਰੁਪਇਆ ਜਿਹੜਾ ਦਿੱਤਾ ਗਿਆ ਹੈ। ਅਮਲੀ ਫੇਰ ਆ ਗਿਆ, ਉਹਨੇ ਕਿਹਾ ਕਿਤੇ ਹੋਰ ਆ ਗਿਆ ਕਿਤੇ। ਲਓ ਜੀ ਬਹੁਤ ਬਹੁਤ ਧੰਨਵਾਦ ਮੇਰੇ ਵੀਰੋ। ਔਰ ਨਾਲ ਹੀ ਮੁਸਕਾਨ ਸਿੰਘ ਸਾਡਾ ਵੀਰ ਕਾਲੇ ਯੂਕੇ ਵਾਲੇ ਦਾ ਵੀਰ ਮੇਰੇ ਵੀਰੋ 200 ਰੁਪਇਆ ਮੇਰੇ ਹੋਏ ਭੀਰੀ ਵੀਰ ਨੇ ਦੱਸਿਆ ਵੀ ਰੈਫਰੀ ਸਾਡਿਆਂ ਦੇ ਲਈ 100 ਰੁਪਏ ਤੇਰੇ ਲਈ ਮਾਨ ਪਹੁੰਚਦਾ ਕੀਤਾ, ਧੰਨਵਾਦ ਹੈ ਬਾਈ ਜੀ। ਟੀਮਾਂ ਵੀ ਆ ਗਈਆਂ ਨੇ ਪਰ ਮਾਨ ਸਨਮਾਨ ਜਿਹੜੇ ਅਧੂਰੇ ਪਏ ਨੇ ਆਪੋ ਆਪਣੇ ਮਾਨ ਸਨਮਾਨ ਲੈ ਲਓ ਮੇਰੇ ਵੀਰ, ਹੱਥ ਬੰਨ ਕੇ ਬੇਨਤੀ ਆ ਆਪੋ ਆਪਣੇ ਮਾਨ ਸਨਮਾਨ ਲੈ ਲੈਣ। ਬੁੱਟਰ ਕਲਾਂ ਪੁੱਜੇ ਜੀ, ਬੁੱਟਰ ਕਲਾਂ ਬੁੱਟਰ ਕਲਾਂ ਦੀ ਟੀਮ ਜਿਹੜੀ ਜਲਦੀ ਗਰਾਊਂਡ ਵਿੱਚ ਆ ਜਾਵੇ। ਮਾੜੀ ਮੁਸਤਬਾ ਦੀ ਟੀਮ ਜਿਹੜੀ ਪੁੱਜ ਗਈ ਹੈ। ਬੁੱਟਰ ਕਲਾਂ ਦੀ ਟੀਮ ਲਾਲ ਜੀ ਕਾਲਾ ਯੂਕੇ ਵਾਲਾ ਜਿਹੜਾ ਇੱਕ ਬਾਹ ਦੇ ਨਾਲ ਵੇਟ ਚੱਕਦਾ ਮੈਚਾਂ ਦਾ ਆਨੰਦ ਨੈੱਟ ਦੇ ਰਾਹੀਂ ਮਾਣ ਰਿਹਾ ਹੈ, ਉਹਦਾ ਵੀਰ ਮਸਤਾਨ ਸਿੰਘ ਮੇਰੇ ਵੀਰੋ ਉਸ ਵੀਰ ਵੱਲੋਂ 200 ਰੁਪਇਆ ਭੀਰੀ ਦੇ ਲਈ, 200 ਰੁਪਇਆ ਸੇਬੀ ਦੇ ਲਈ, 100 ਰੁਪਇਆ ਦਾਸ ਦੇ ਲਈ ਆਇਆ। ਹੁਣ ਸੋਚੀ ਨਾ ਪੈ ਜਾਓ ਦਾਸ ਮੈਂ ਹੀ ਆ। ਹਾਂਜੀ ਲੰਗਰ ਪ੍ਰਬੰਧਕ ਕਮੇਟੀ ਦਾ ਜਿਹੜਾ ਮਾਣ ਸਨਮਾਨ ਹੈ ਉਹ ਵੀ ਹੋਣ ਜਾ ਰਿਹਾ ਹੈ। ਮਾਤਾ ਭਾਗਵਤੀ ਜਾਗਰਣ ਦੇ ਲੰਗਰ ਹੈ ਜਿਹੜਾ ਵਿਸ਼ੇਸ਼ ਤੌਰ ਤੇ ਉਸ ਪ੍ਰਬੰਧ ਕਮੇਟੀ ਦਾ ਵਿਸ਼ੇਸ਼ ਸਨਮਾਨ ਹੋਣ ਜਾ ਰਿਹਾ ਹੈ। ਸਾਡੇ ਵੀਰ ਸਰਪੰਚ ਅਮਨਦੀਪ ਸਿੰਘ ਜੀ ਉਹਨਾਂ ਨੂੰ ਮੈਂ ਇੱਕ ਵਾਰ ਫਿਰ ਮੁਬਾਰਕਬਾਦ ਦਿੰਦਾ ਹੈ। ਸਰਪੰਚ ਅਮਨਦੀਪ ਸਿੰਘ ਜੀ ਫਤਿਹਗੜ੍ਹ ਕੋਲੋਂ ਟਣ। ਲਾਲ ਜੀ ਲੰਗਰ ਕਮੇਟੀ ਸਾਡੀ ਮਾਤਾ ਭਗਵਤੀ ਸਪੋਰਟਸ ਕਲੱਬ ਜਿਹੜੀ ਨਗਰ ਲੰਗਰ ਕਮੇਟੀ ਬਣੀ ਹੋਈ ਹੈ ਉਸ ਕਮੇਟੀ ਦਾ ਜਿਹੜਾ ਮਾਣ ਸਨਮਾਨ ਕੀਤਾ ਜਾ ਰਿਹਾ। ਸਾਡਾ ਵੀਰ ਬਹੁਤ ਬਹੁਤ ਧੰਨਵਾਦ ਕਾਲਾ ਕਨੇਡਾ
ਸਾਡਾ ਵੀਰ ਕਾਲਾ ਕੈਨੇਡਾ ਉਹਦਾ ਵੀ ਧੰਨਵਾਦ ਹੈ ਸਰਦਾਰ ਅਜਮੇਰ ਸਿੰਘ ਜੀ ਸਰਾਂ ਦਾ ਪੁੱਤਰ ਕਾਲਾ ਕੈਨੇਡਾ ਗੁਰਪ੍ਰੀਤ ਸਿੰਘ ਜੀ ਧਾਲੀਵਾਲ ਮੇਰੇ ਵੀਰੋ ਗੁਰਪ੍ਰੀਤ ਸਿੰਘ ਜੀ ਧਾਲੀਵਾਲ ਕੈਨੇਡਾ ਵਾਹ ਜੀ ਵਾਹ ਬਾਪੂ ਜੀ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਵਾਹ ਜੀ ਵਾਹ ਕੈਨੇਡਾ ਦਾ ਨਾਂ ਸੁਣ ਕੇ ਤਾਂ ਮੈਂ ਨਾ ਲਾਲੀ ਆ ਜਾਂਦੀ ਮੂੰਹ ਤੇ ਸਾਡੇ ਵਰਗਿਆਂ ਨੇ ਤਾਂ ਹਾਂਜੀ ਗੇਜੇ ਦਾ ਭਰਾ ਗੁਰਦੇਵ ਇਟਲੀ ਵਾਲਾ ਲੈ ਵੀ ਗੁਰਦੇਵ ਗਾਂਧੀ ਇਟਲੀ ਵਾਲਾ ਜਿਨ੍ਹਾਂ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਗੇਜੇ ਦਾ ਨਾਂ ਤਾਂ ਗੁਰਮੇਲ ਸਿੰਘ ਗੇਜਾ ਪਰ ਬਾਜੀ ਦੇ ਨਾਂ ਨਾਲ ਮਸ਼ਹੂਰ ਹੋਇਆ ਔਰ ਉਹਦਾ ਮਾਨ ਸਨਮਾਨ ਬਾਜੀ ਲੈ ਰਿਹਾ ਸਰਪੰਚ ਸਾਹਿਬ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕਰ ਰਹੇ ਨੇ ਧੰਨਵਾਦ ਹੈ ਕਾਲਾ ਕੈਨੇਡਾ ਸਾਡਾ ਵੀਰ ਉਹਦਾ ਵੀ ਧੰਨਵਾਦ ਹੈ ਜੀ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਸਰਦਾਰ ਰਸਵਾ ਦੇ ਬਰੇ ਲਖਵਿੰਦਰ ਸਿੰਘ ਜੀ ਕੈਨੇਡਾ ਸਾਡੇ ਮਾਣਯੋਗ ਸਰਦਾਰ ਸਰਜੀਤ ਸਿੰਘ ਜੀ ਗੁੱਜਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਧੰਨਵਾਦ ਹੈ ਕਾਲਾ ਕੈਨੇਡਾ ਸਰਦਾਰ ਅਜਮੇਰ ਸਿੰਘ ਜੀ ਸਰਾਂ ਸਾਹਿਬ ਸਨ ਸਰਦਾਰ ਹਾਕਮ ਸਿੰਘ ਜੀ ਕੈਨੇਡਾ ਇਹਨਾਂ ਦਾ ਮਾਨ ਸਨਮਾਨ ਕਾਲਾ 31,000 ਰੁਪਇਆ ਸਾਨੂੰ ਇਸ ਪਰਿਵਾਰ ਨੇ ਦਿੱਤਾ ਹੈ ਇਸ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਉਧਰ ਟੀਮਾਂ ਗੇਜੇ ਮੈਚ ਚੱਲਣ ਲੱਗਾ ਬਾਈ ਜੀ ਲਓ ਜੀ ਮੈਚ ਸਟਾਰਟ ਹੋਣ ਜਾ ਰਿਹਾ ਬੂਟਾ ਕਿੱਥੇ ਆ ਜੀ ਬੂਟਾ ਅਮਰੀ ਵਾਲੇ ਆਣਾ ਮੈਕ ਫੜੋ ਤੇ ਗਰਾਊਂਡ 'ਚ ਚੱਲੇ ਗੁਰਿੰਦਰ ਸਿੰਘ ਜੀ ਸਾਡੇ ਮੈਂਬਰ ਪੰਚ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਬਾਈ ਜੀ ਉਹਨਾਂ ਚਿਰ ਮੈਚ ਨਾ ਪ੍ਰਬੰਧਕ ਕਮੇਟੀਆਂ ਨੇ ਸ਼ੁਰੂ ਕਰਿਓ ਇੱਕੋ ਮਿੰਟ ਲੈਣਾ ਜੀ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਗੁਰਿੰਦਰ ਸਿੰਘ ਜੀ ਪੰਚਾਇਤ ਮੈਂਬਰ ਗੁਰਿੰਦਰ ਸਿੰਘ ਜੀ ਪੰਚਾਇਤ ਮੈਂਬਰ ਖਿੱਚ ਲੈ ਬਾਈ ਫੋਟੋ ਲੀੜੇ ਲਾਏ ਆ ਪਾਲਾ ਲੱਗਦਾ ਮੁੰਡਿਆਂ ਨੂੰ ਉੱਧਰ ਲਾ ਜੀ ਜਸਵਿੰਦਰ ਸਿੰਘ ਦੀ ਕੁੱਕੀ ਜਸਵਿੰਦਰ ਸਿੰਘ ਦੀ ਕੁੱਕੀ ਸਾਬਕਾ ਸਰਪੰਚ ਸਰਦਾਰ ਜਸਵਿੰਦਰ ਸਿੰਘ ਦੀ ਕੁੱਕੀ ਉਹ ਵੀ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਰਹੇ ਨੇ ਲਾ ਜੀ ਮੁਕਾਬਲਾ ਸ਼ੁਰੂ ਕਰਵਾ ਰਹੀ ਹੈ ਬਾਜੀ ਲਾ ਜੀ ਟੈਲ ਵੀ ਬੂਟਿਆ ਪਹਿਲੀ ਕਬੱਡੀ ਕਹਿੰਦੇ ਨੇ ਵੀ ਮੇਰੇ ਖਿਆਲ ਦੇ ਵਿੱਚ ਜੋਤੀ ਪਾਉਣ ਦੇ ਲਈ ਤਿਆਰ ਖੜਾ ਸੀ ਇੱਕ ਪਾਸੇ ਕਹਿੰਦੇ ਨੇ ਵੀ ਬੁੱਟਰ ਪਿੰਡ ਹੈ ਸੜਕ ਵਾਲੀ ਸਾਈਡ ਔਰ ਦੂਸਰੇ ਪਾਸੇ ਮਾੜੀ ਦੀ ਟੀਮ ਮੇਰੇ ਵੀਰੋ ਇੱਧਰ ਖੇਤਾਂ ਵਾਲੀ ਸਾਈਡ ਮਾੜੀ ਦਾ ਸ਼ਿਕੰਦਰ ਕਬੱਡੀ ਪਾ ਰਿਹਾ ਜਿਸ ਖਿਡਾਰੀ ਦਾ ਸਨਮਾਨ ਕਹਿੰਦੇ ਲੀਲਾ ਮਿੰਗ ਸਿੰਘ ਦੀ ਧਰਤੀ ਤੇ ਸੁਲਟ ਗੱਡੀ ਨਾ ਕੀਤਾ ਯਾਦ ਕਬੱਡੀ ਕਲੱਬ ਮੈਂਟਨ ਵਾਲੇ ਵੀਰਾਂ ਨੇ ਭਾਵੇਂ ਗੱਲ ਸੁਖੇ ਤਖਤੂਪੁਰੀਏ ਦੀ ਭਾਵੇਂ ਭਾਗੀਕੇ ਦਾ ਜੀਵਨ ਲਾ ਸਾਹਮਣੇ ਮਾੜੀ ਦਾ ਸ਼ਿਕੰਦਰ ਪਾ ਕਬੱਡੀ ਭੱਜਾ ਆਉਂਦਾ ਉਧਰਲੇ ਬੰਨੇ ਵੰਡ ਡੋਰ ਦੀ ਧਰਤੀ ਦੇ ਸੋਨੇ ਦਾ ਨਾਮ ਦੁਨੀਆਂ ਦੇ ਸਤਾਰਾਂ ਜਾਫੀਆਂ ਦੇ ਵਿੱਚ ਲਾਓ ਕਬੱਡੀ ਦੇ ਖੇਡ ਮੈਦਾਨ ਵਿੱਚ ਪੈਂਦੀ ਹੋਈ ਕਬੱਡੀ ਜੋਤੀ ਦੀ ਨਾਲ ਕਹਿੰਦੇ ਮਾੜੀ ਦਾ ਗੁਰਜੀਤ ਸਿੱਧਾ ਦੀ ਧਰਤੀ ਪਿੰਡਰ ਤੇ ਗਗੜਾ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜਿਆ ਵੱਧ ਡੋਰ ਕਹਿੰਦੇ ਸੁਖਾਨੰਦ ਦੇ ਲਾਗੇ ਪਿੰਡ ਹੈ ਆ ਖਿਡਾਰੀ ਦਾ ਕਬੱਡੀ ਜਗਤ ਵਿੱਚ ਕਹਿੰਦੇ ਤਹਿਲਕਾ ਮਚਾਇਆ ਹੋਇਆ ਹੈ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਕਹਿੰਦੇ ਉਸ ਜ਼ਿਲ੍ਹੇ ਦਾ ਨਗਰ ਜਿਹੜਾ ਕਹਿੰਦੇ ਫੋਟੋ ਸਟੂਡੀਓ ਵਾਲਾ ਵੀਰ ਜਲਦੀ ਆ ਜਾਵੇ ਨਾਲ ਹੀ ਮੇਰਾ ਵੀਰ ਜੋਤੀ ਲਈ ਵੱਡਾ ਮਾਨ ਸਨਮਾਨ ਲਾਹੌਰ ਦਾ ਕਾਕਾ ਵੀਰ ਭੇਜਦਾ ਹੋਇਆ ਦੋਤੇ ਵੀ ਬਿੱਟੂ ਕੈਨੇਡਾ ਇੱਕੋ ਹੀ ਮਾਨ ਸਨਮਾਨ ਦਾ ਜੀ ਬਿੱਟੂ ਕੈਨੇਡਾ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਬੂਟਿਆਂ ਜੀ ਲਾਲ ਜੀ ਸਾਹਮਣੇ ਦੋਦੇ ਦੀ ਧਰਤੀ ਦਾ ਸੰਦੀਪ ਮੇਰੇ ਵੀਰੋ ਬਹੁਤ ਸੋਹਣਾ ਪੁਆਇੰਟ ਲੈ ਕੇ ਆਪਣੇ ਪਾਲੇ ਵੱਲ ਵਾਧਾ ਹੋਇਆ ਦੂਜੇ ਪਾਸੇ ਜੱਗੀ ਆਖਦੇ ਨੇ ਇਸ ਖਿਡਾਰੀ ਨੂੰ ਲਾਲ ਜੀ ਢੋਲਾ